ਕੋਟਕਪੂਰਾ ਸ਼ਹਿਰ ਦੇ ਇੱਕ ਦਲਿਤ ਬਹੁਲਤਾ ਵਾਲੇ ਮੁਹੱਲੇ ਦੇ ਲੋਕਾਂ ਨੇ ਸਾਰੀਆਂ ਹੀ ਸਿਆਸੀ ਪਾਰਟੀਆਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਅਤੇ ਪਿੰਡ ਦੀ ਫਿਰਨੀ ਤੇ ਇੱਕ ਬੈਨਰ ਲਗਾ ਕੇ ਸਿਆਸੀ ਨੇਤਾਵਾਂ ਨੂੰ ਮੁਹੱਲੇ ਵਿੱਚ ਨਾ ਆਉਣ ਦੀ ਨਸੀਹਤ ਦਿੰਦਿਆਂ ਵੋਟਾਂ ਦੇ ਬਾਈਕਾਟ ਦਾ ਐਲਾਨ ਕੀਤਾ। ਪਿਛਲੇ ਕਰੀਬ 30 ਸਾਲਾਂ ਤੋਂ ਵਿਕਾਸ ਕਾਰਜਾਂ ਪੱਖੋਂ ਅਨਗੌਲੇ ਮੁਹੱਲਾ ਲਾਲੋਆਣਾ ਬਸਤੀ ਦੇ ਦਲਿਤ ਲੋਕਾਂ ਨੇ ਆਪਣੇ ਨਾਲ ਹੁੰਦੀ ਸਿਆਸੀ ਵਿਤਕਰੇਬਾਜ਼ੀ ਦੇ ਖਿਲਾਫ ਮੋਰਚਾ ਖੋਲਦਿਆਂ ਵੋਟਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਤੇ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਨੇਤਾਵਾਂ ਦਾ ਵੀ ਬਾਈਕਾਟ ਕਰਨ ਦਾ ਐਲਾਨ ਕੀਤਾ। ਸਾਡੇ ਪਾਣੀ ਦਾ ਨਿਕਾਸ ਵਾਸਤੇ ਕੋਈ ਕੰਮ ਨਹੀਂ ਹੋਇਆ ਸਾਡਾ, ਤਾਂ ਇਸੇ ਕਰਕੇ ਬਾਈਕਾਟ ਦਾ ਪੋਸਟਰ ਲਗਵਾਇਆ ਜੀ। ਸਰ, ਅਸੀਂ ਵਾਰਡ ਨੰਬਰ 17 ਕੋਟਕਪੂਰਾ ਦੇ ਰਹਿਣ ਵਾਲੇ ਹਾਂ। ਸਾਨੂੰ, ਮੈਂ ਛੋਟਾ ਜਿਹਾ ਹੁੰਦਾ ਸੀਗਾ ਉਦੋਂ ਤੋਂ ਦੇਖਦਾ ਵੀ ਆਹ ਗਲੀ ਦੇ ਵਿੱਚ ਪਾਣੀ ਖੜ੍ਹਾ ਹੁੰਦਾ ਜੀ। ਜੇ ਸਾਡਾ ਪਾਣੀ ਸੜਕ ਕ੍ਰੋਸ ਕਰਦਾ ਤਾਂ ਮੁਲਾਜ਼ਮ ਆ ਕੇ ਸਾਡੇ ਵਸਿੰਦਿਆਂ ਨੂੰ ਬੋਲਦੇ ਆ, ਅਤੇ ਜੇ ਪਾਣੀ ਇੱਧਰ ਕਿਤੇ ਖੇਤਾਨਾ ਜਾਂਦਾ ਤਾਂ ਉਹ ਬੰਦ ਖੇਤਾਂ ਵਾਲੇ ਬੰਦ ਕਰ ਦਿੰਦੇ ਆ ਜੀ। ਹਰ ਵਾਰੀ ਆਉਂਦਾ ਕੋਈ ਵੋਟ ਲੈਣ, ਸਾਨੂੰ ਵੋਟ ਪਾਓ ਅਸੀਂ ਕੰਮ ਕਰਾਂਗੇ ਤੁਹਾਡਾ, ਸਾਨੂੰ ਪਾਓ ਅਸੀਂ ਕਰਾਂਗੇ, ਮੈਂਬਰ ਸਰਪੰਚ ਜੋ ਵੀ ਹੈ ਸਾਰਿਆਂ ਨਾਲ ਕੰਮ ਕਰਦੇ ਜੀ, ਪਰ ਸਾਡਾ ਹੱਲ ਨਹੀਂ ਹੋਇਆ ਕੋਈ ਜੀ। ਆਇਆ ਅਸੀਂ ਵੋਟ ਨਹੀਂ ਪਾਉਣੀ ਕਿਸੇ ਨੂੰ ਵੀ, ਜਿੰਨਾ ਚਿਰ ਸਾਡਾ ਕੋਈ ਵੀ ਚੱਕਰ ਨਹੀਂ, ਆਹ ਕੰਮ ਹੁੰਦਾ ਜੀ, ਨਿਕਾਸ ਨਹੀਂ ਹੁੰਦਾ ਜੀ। 30 ਸਾਲ ਹੋ ਗਏ ਬਸਤੀ ਬਣੀ ਨੂੰ, ਕੋਈ ਨਿਕਾਸ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਹਲਕੇ ਦੇ ਸਿਆਸੀ ਆਗੂ